ਜਹਾਜ਼ ਦਾ ਫਰੰਟ ਲੈਂਡਿੰਗ ਗੇਅਰ ਫੇਲ ਹੋਣ ਦੇ ਚਲਦਿਆਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਹ ਲੈਂਡਿੰਗ ਇੰਨੀ ਖਤਰਨਾਕ ਸੀ ਕਿ ਅੰਦਰ ਬੈਠੇ ਕਰਮਚਾਰੀ ਵੀ ਘਬਰਾ ਗਏ ਅਤੇ ਉਹਨਾਂ ਦੇ ਸਾਹ ਤੱਕ ਸੁੱਕ ਗਏ। ਦਰਅਸਲ ਜਹਾਜ਼ ਦਾ ਅਗਲਾ ਜਿਹੜਾ ਫਰੰਟ ਗੇਅਰ ਹੈ ਉਹ ਫੇਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈਂਦੀ ਹੈ ਅਤੇ ਇਸੇ ਦੇ ਚਲਦਿਆਂ ਜਹਾਜ਼ ਦਾ ਅਗਲਾ ਹਿੱਸਾ ਦੂਰ ਤੱਕ ਘਸੀਟਦਾ ਜਾਂਦਾ ਹੈ, ਜਦਕਿ ਜਹਾਜ਼ ਦੇ ਇੱਕ ਪਾਸੇ ਦੇ ਵਿੱਚ ਅੱਗ ਵੀ ਲੱਗ ਜਾਂਦੀ ਹੈ। ਤਮਾਮ ਹਾਲਾਤ ਦੇਖ ਕੇ ਅੰਦਰ ਬੈਠੇ ਕਰਮਚਾਰੀਆਂ ਦੇ ਸਾਹ ਸੁੱਕ ਜਾਂਦੇ ਨੇ। ਦਰਅਸਲ ਇਸਤਾਂਬੁਲ ਦੇ ਵਿੱਚ ਫੈਡਕਸ ਦੇ ਕਾਰਗੋ ਜਹਾਜ਼ ਦੀ ਖਤਰਨਾਕ ਤਰੀਕੇ ਦੇ ਨਾਲ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਜਹਾਜ਼ ਨੇ ਪੈਰਿਸ ਚਾਰਲਸ ਡੀ ਗੋਲ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹੀ ਅਗਲੇ ਲੈਂਡਿੰਗ ਗੇਅਰ ਦੇ ਕੰਮ ਨਾ ਕਰਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਸਤਾਂਬੁਲ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਜਹਾਜ਼ ਦੇ ਇੱਕ ਹਿੱਸੇ ਦੇ ਵਿੱਚ ਅੱਗ ਵੀ ਲੱਗ ਗਈ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਸ ਨੂੰ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੌਰਾਨ ਜਹਾਜ਼ ਦੇ ਅੰਦਰ ਬੈਠੇ ਕਰਮਚਾਰੀਆਂ ਦਾ ਕੀ ਹਾਲ ਹੋਵੇਗਾ। ਕੁਝ ਮਿੰਟਾਂ ਦੇ ਲਈ ਅੰਦਰ ਬੈਠੇ ਕਰਮਚਾਰੀਆਂ ਦੇ ਸਾਹ ਤੱਕ ਸੁੱਕ ਗਏ, ਕਿਉਂਕਿ ਦੱਸਿਆ ਜਾ ਰਿਹਾ ਕਿ ਐਮਰਜੈਂਸੀ ਲੈਂਡਿੰਗ ਦੇ ਦੌਰਾਨ ਜਹਾਜ਼ ਦਾ ਅਗਲਾ ਹਿੱਸਾ ਦੂਰ ਤੱਕ ਘਸੀਟਦਾ ਗਿਆ ਅਤੇ ਇਸੇ ਦੇ ਚਲਦਿਆਂ ਜਹਾਜ਼ ਦੇ ਇੱਕ ਪਾਸੇ ਦੇ ਵਿੱਚ ਅੱਗ ਵੀ ਲੱਗ ਗਈ। ਪਰ ਖੁਸ਼ਕਿਸਮਤੀ ਦੇ ਨਾਲ ਕਿਸੇ ਤਰੀਕੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਸੁਰੱਖਿਅਤ ਤਰੀਕੇ ਦੇ ਨਾਲ ਅੰਦਰ ਬੈਠੇ ਕਰਮਚਾਰੀ ਹੇਠਾਂ ਉਤਰੇ ਨੇ, ਪਰ ਬੀਤੇ ਦਿਨ ਦੀ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਜ਼ਰੂਰ ਹੋ ਰਹੀ ਹੈ। ਜਹਾਜ਼ ਦਾ ਫਰੰਟ ਲੈਂਡਿੰਗ ਗੇਅਰ ਫੇਲ ਹੋਣ ਦੇ ਚਲਦਿਆਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਹ ਲੈਂਡਿੰਗ ਇੰਨੀ ਖਤਰਨਾਕ ਸੀ ਕਿ ਅੰਦਰ ਬੈਠੇ ਕਰਮਚਾਰੀ ਵੀ ਘਬਰਾ ਗਏ ਅਤੇ ਉਹਨਾਂ ਦੇ ਸਾਹ ਤੱਕ ਸੁੱਕ ਗਏ। ਦਰਅਸਲ ਜਹਾਜ਼ ਦਾ ਅਗਲਾ ਜਿਹੜਾ ਫਰੰਟ ਗੇਅਰ ਹੈ ਉਹ ਫੇਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈਂਦੀ ਹੈ ਅਤੇ ਇਸੇ ਦੇ ਚਲਦਿਆਂ ਜਹਾਜ਼ ਦਾ ਅਗਲਾ ਹਿੱਸਾ ਦੂਰ ਤੱਕ ਘਸੀਟਦਾ ਜਾਂਦਾ ਹੈ, ਜਦਕਿ ਜਹਾਜ਼ ਦੇ ਇੱਕ ਪਾਸੇ ਦੇ ਵਿੱਚ ਅੱਗ ਵੀ ਲੱਗ ਜਾਂਦੀ ਹੈ। ਤਮਾਮ ਹਾਲਾਤ ਦੇਖ ਕੇ ਅੰਦਰ ਬੈਠੇ ਕਰਮਚਾਰੀਆਂ ਦੇ ਸਾਹ ਸੁੱਕ ਜਾਂਦੇ ਨੇ। ਦਰਅਸਲ ਇਸਤਾਂਬੁਲ ਦੇ ਵਿੱਚ ਫੈਡਕਸ ਦੇ ਕਾਰਗੋ ਜਹਾਜ਼ ਦੀ ਖਤਰਨਾਕ ਤਰੀਕੇ ਦੇ ਨਾਲ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਜਹਾਜ਼ ਨੇ ਪੈਰਿਸ ਚਾਰਲਸ ਡੀ ਗੋਲ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹੀ ਅਗਲੇ ਲੈਂਡਿੰਗ ਗੇਅਰ ਦੇ ਕੰਮ ਨਾ ਕਰਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਸਤਾਂਬੁਲ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਜਹਾਜ਼ ਦੇ ਇੱਕ ਹਿੱਸੇ ਦੇ ਵਿੱਚ ਅੱਗ ਵੀ ਲੱਗ ਗਈ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਸ ਨੂੰ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੌਰਾਨ ਜਹਾਜ਼ ਦੇ ਅੰਦਰ ਬੈਠੇ ਕਰਮਚਾਰੀਆਂ ਦਾ ਕੀ ਹਾਲ ਹੋਵੇਗਾ। ਕੁਝ ਮਿੰਟਾਂ ਦੇ ਲਈ ਅੰਦਰ ਬੈਠੇ ਕਰਮਚਾਰੀਆਂ ਦੇ ਸਾਹ ਤੱਕ ਸੁੱਕ ਗਏ, ਕਿਉਂਕਿ ਦੱਸਿਆ ਜਾ ਰਿਹਾ ਕਿ ਐਮਰਜੈਂਸੀ ਲੈਂਡਿੰਗ ਦੇ ਦੌਰਾਨ ਜਹਾਜ਼ ਦਾ ਅਗਲਾ ਹਿੱਸਾ ਦੂਰ ਤੱਕ ਘਸੀਟਦਾ ਗਿਆ ਅਤੇ ਇਸੇ ਦੇ ਚਲਦਿਆਂ ਜਹਾਜ਼ ਦੇ ਇੱਕ ਪਾਸੇ ਦੇ ਵਿੱਚ ਅੱਗ ਵੀ ਲੱਗ ਗਈ। ਪਰ ਖੁਸ਼ਕਿਸਮਤੀ ਦੇ ਨਾਲ ਕਿਸੇ ਤਰੀਕੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਸੁਰੱਖਿਅਤ ਤਰੀਕੇ ਦੇ ਨਾਲ ਅੰਦਰ ਬੈਠੇ ਕਰਮਚਾਰੀ ਹੇਠਾਂ ਉਤਰੇ ਨੇ, ਪਰ ਬੀਤੇ ਦਿਨ ਦੀ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਜ਼ਰੂਰ ਹੋ ਰਹੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।